یا رسول اللہ نعرہ رسالت، یا رسول اللہ نعرہ حیدری علی، شاہ حلال موالی حت بلند کر کے حق دے امام دی گواہی دیو حیدری علی بادشاہ، مل کے سلوات پڑھو ذکر دی قبولیت واسطے، ہے جناب دا پروگرام، میں اپنے عشق دی نماز ادا کراں، سلوات ہی ہو جی پڑھو کہ تسا سارے دے گھراں تے رحمت دا نزول ہو جاوے، اعوذ باللہ من الشیطان اللیم الرجیم، بسم اللہ الرحمن الرحیم، صلوات الحمد للہ رب العالمین والعاقبۃ للمتقین والجنۃ للموحدین، صلوات الصلوۃ والسلام علی اشرف الانبیاء والمرسلین، صلوات جنج چڑی کائنات دے وچ، اے بابا دو راتی بچ گئی ہیں، رات ہی ایسی ہے، یہ کوئی گلاں کہانیاں قصیدیاں دی نہیں، یہ رات ہے جنہ راتاں دے وچ ہر ماں اپنے پوتر نوں تیار بیٹھی کرے دی، رو رو کے آدیا بیٹھی ہیں بچڑے، اج ایڈا محرم دی رات، کل ڈی چڑھنا ہے حسین دے باغ تے لٹ پائے وننی ہے، اسا چاہنیاں ہیں سب تو پہلے تواڈی لاش آوے، میرے دلے بزرگ اندر انگے تنو سنی کرتے میں صاحب دی مجلس سناوا، ایک جنج چڑی کائنات دے وچ تے جیندی ہے تاریخ گواہے، جیندہ بن را یوسف ثانی حیات بن ری صاحب صاحب حیائے، ہر رکھی حسین دے غم وچ نہیں روندی، ہر رکھ نوں کیا پتا جو یاری والی رات کیویں لٹی دی رہی، بسم اللہ بسم اللہ، میں مطمئن جی زاکر، ایک جنج چڑی کائنات دے وچ تے جیندی ہے تاریخ گواہے، تے جیندا بن را یوسف ثانی حیات بن ری صاحب، ایہو ویلا ہائی بابا جڑے ویلے شہزادے نوں مہندی لگی ہے، بسم اللہ بسم اللہ، ہویا کیا ہے، آئے عرش دے وسدے آدھ رات دے ویلے گئے بنری کو پرنا ہے اجانی زوال دے ہائے نایا تھی گئی بنری، جا
ਜਿਹੜੀਆਂ ਦੀ ਆਈ ਕਾਜ਼ਮ ਲਾਲ ਲਜ਼ਾ ਤੇਰੇ ਬਾਦ ਮੈਂ ਕਿਹਨੂੰ ਵਜਣਾ ਸਿਆ ਦਾਦਾ ਤੋਂ ਮੇਰੀਆਂ ਫੁੱਫੀਆਂ ਦੇ ਲਾਲ ਸ਼ਾਮ ਵਜਣਾ ਨਿਰਵਾਰ ਦੇਵਣੇ ਬਿਸਮਿਲ੍ਲਾ ਦਾ ਮੁਹਰਮ ਦੀ ਰਾਤ ਹੁਸੈਨ ਕਈ ਹਿੱਸਿਆਂ ਤਕਸੀਮ ਕੀਤੀ ਹੈ ਬਜ਼ੁਰਗਾਂ ਦੇ ਥਾਈਂ ਇੱਕ ਹੋਰ ਵਹਿਣ ਯਾਦ ਆ ਗਈ ਹੈ ਪੜ ਨਮਾਜ਼ ਸੁਬਹ ਦੀ ਸੱਯਦ ਤੇ ਦੋ ਵੱਖਰੇ ਸੱਜਣ ਬੁਲਾਏ ਤੇ ਹੱਥ ਨਾ ਪੈ ਅਬਾਸ ਤੇ ਅਕਬਰ ਦਾ ਬੈਠਾ ਖਾਕ ਤੇ ਚਾਂ ਅੱਜ ਵਾਲੀ ਰਾਤਾਂ ਤਾਂ ਬਾਬਾ ਜ਼ਾਕਰਾਂ ਦੇ ਮੁਹਤਾਜ ਨਹੀਂ ਬਿਸਮਿਲ੍ਲਾ 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 ਹੱਥ ਨਾ ਪੈ ਅਬਾਸ ਤੇ ਅਕਬਰ ਦਾ ਬੈਠਾ ਖਾਕ ਤੇ ਚਾਂ ਦਾ ਮੁਹਰਮ ਦੀ ਰਾਤ ਹੁਸੈਨ ਕਈ ਹਿੱਸਿਆਂ ਤਕਸੀਮ ਕੀਤੀ ਹੈ ਇੱਕ ਕਿੱਸਾ ਭੈਣਾਂ ਦੇ ਖੈਮੇ 'ਚ ਇੱਕ ਕਿੱਸਾ ਸਾਹਾਬਾ ਦੇ ਖੈਮੇ 'ਚ ਇੱਕ ਕਿੱਸਾ ਆਪਣੇ ਭਰਾਵਾਂ ਦੇ ਖੈਮੇ 'ਚ ਬਾਬਾ ਜੀ ਤਰੀਕ ਹੀ ਮੈਂ ਆਦੀਏ ਅੱਧ ਰਾਤ ਢਲੀਏ ਯਾ ਕਾਸਿਮ ਮਾਂ ਦੇ ਖੈਮੇ ਨਾਲ ਆ ਗੁਜ਼ਰੇ ਇਹ ਬੀਬੀ ਰੋਂਦੀ ਬੈਠੀ ਹੈ ਤਾਂ ਦੁੱਖੇ ਦੁੱਖੇ ਵਹਿਣ ਬੈਠੀ ਕਰਦੀ ਹੈ ਬੀਬੀ ਆਦੀ ਅੱਲਾ ਇਨਸ਼ਾਅੱਲਾ ਕੋਈ ਗਰੀਬ ਨਾ ਹੋਵੇ ਯਾ ਕਾਸਿਮ ਮਾਂ ਦੇ ਕਦਮਾਂ 'ਤੇ ਆ ਤੇ ਹੱਥ ਰੱਖੇ ਨਾ ਮਾਂ ਗਰੀਬੀ ਦਾ ਹੋਕਾ ਕਿਉਂ ਬੈਠੀ ਦੇਣੀ ਹੈ ਬੀਬੀ ਆਦੀ ਕਾਸਿਮ ਤੈਨੂੰ ਨਹੀਂ ਪਤਾ ਮੈਂ ਹਾਂ ਬਿਗਾਨੀ ਕੁਫਤੀ ਨਾਲੇ 13 ਸਾਲ ਤੈਨੂੰ ਰੰਡੇ ਪਿੱਛ ਔਖਾ ਪਾ ਲਾਈਆਂ ਅੱਜ ਏਡਾ ਮੁਹਰਮ ਦੀ ਰਾਤ ਕਰਡੀ ਚੜ੍ਹਨਾ ਹੈ ਹੁਸੈਨ ਦੇ ਬਾਗ ਤੇ ਲੁੱਟ ਪਾਏ ਵੰਜਣੀ ਹੈ ਮੈਂ ਚਾਹੁੰਦੀ ਹਾਂ ਸਭ ਤੋਂ ਪਹਿਲੇ ਤੇਰੀ ਲਾਸ਼ ਆਵੇ ਅੱਲਾ ਜਾਣੇ ਨੀ ਦੁੱਕਿਆ ਲਿਓ ਕਿਹੋ ਜਿਹੀਆਂ ਮਾਵਾਂ ਹਨ ਇਹਦੇ ਹੌਸਲੇ ਵਾਲੀਆਂ ਮਾਵਾਂ ਕਰਬਲਾ ਦੇ ਮੈਦਾਨ 'ਚ ਆਵਾਜ਼ ਆਈ ਅੰਮਾ ਅਗਰ ਤੇਰੀ ਨੀਅਤ ਜੁੜ ਗਈ ਹੈ ਤਾਂ ਮੁੜ ਮੈਂ ਹਸਨ ਦਾ ਪੁੱਤਰ ਹੋ ਕੇ ਵਾਅਦਾ ਪਿਆ ਕਰੇ ਨਾ ਕਰਡੀ ਚੜਸੀ ਹਰ ਜਵਾਨ ਦੀ ਲਾਸ਼ ਚਾਚਾ ਸਾਬਿਤ ਗਿੰਨਾ ਸੀ ਮੇਰੀ ਗਠੜੀ ਆ ਸੀ ਸਹੀਆ ਦਾਦਾ ਹੈ ਮੈਂ ਤਕਸੀਮ ਹੋ ਵੈਸਾ ਚਾਚਾ ਗਿੰਨਾ ਸੀ ਤੂੰ ਪਹਿਚਾਣ ਹੀ ਨਾ ਕਰ ਸਕਸ ਵਾਹ ਭਾਈ ਵਾਹ ਵਾਹ ਭਾਈ ਵਾਹ ਅਲਹਮਦੁਲਿਲਾ ਮੁੜ ਹੁਸੈਨ ਗੱਲਾਂ ਬੈਠੇ ਕਰੇ ਆਪਣੇ ਭਰਾਵਾਂ ਨਾਲ ਪੁੱਤਰਾਂ ਨਾਲ ਯਾ ਬੀਬੀ ਮੁੜ ਵੈਣ ਕੀਤਾ ਕਾਸਿਮ ਅੱਜਾਂ ਚੋਖਾ ਜੀਵਣਾ ਹੀ ਆਵਾਜ਼ ਆਈ ਅੰਮਾ ਕਿ ਕਰਵਾਂ ਚਾਚੇ ਦਰਵੈਨਾ ਚਾਚਾ ਇਜਾਜ਼ਤ ਨਹੀਂ ਦਿੰਦਾ ਤੈ ਥੇ ਰਮਨਾ ਤੂੰ ਅਜੀਬ ਅਜੀਬ ਰੰਗ ਦੀਆਂ ਗੱਲਾਂ ਕਰੇ ਨਹੀਂ ਬੀਬੀ ਸ਼ਰੀਅਤ ਦਾ ਬੁਰਕਾ ਪਾਇਆ ਬੀਬੀ ਅੰਗਲ ਨਾਲ ਪੁੱਤਰ ਨੂੰ ਲਾਇਆ ਆਦੀ ਆ ਮੈਂ ਗਿਣਦੀਆਂ ਦੇਣੀਆਂ ਇਜਾਜ਼ਤ ਬੀਬੀ ਉੱਥਾਂ ਆਈਏ ਜਿੱਥੇ ਹੁਸੈਨ ਕੁਰਸੀ 'ਤੇ ਬੈਠਾ ਹੈ ਇਮਾਮ ਦੀ ਦੀਦ ਪਈ ਹੈ ਰੋਂਦਾ ਰੋਂਦਾ ਮਿੱਟੀ 'ਤੇ ਬਹਿ ਗਈ ਹੈ ਸੱਯਦ ਹੱਕਲ ਮਾਰੀ ਹੈ ਅੱਬਾਸ ਕੁਰਸੀ ਚਾਹ ਤੇ ਗਿੰਨਾ ਮੇਰੀ ਅੰਮਾ ਭਰਜਾਈ ਪਈ ਆਉਂਦੀ ਹੈ ਆਵਾਜ਼ ਆਈਏ ਕੁਰਸੀ ਗਿੰਨਾ ਮਹੀਨਾ ਮਾਵਾਂ ਜਿਤਨਾ ਇਤਰਾਮ ਕਰੇ ਨਾ ਆਵਾਜ਼ ਆਈ ਅੰਮਾ ਭਰਜਾਈ ਕਿਵੇਂ ਆਈ ਹੈ ਇਹ ਉਹ ਬੀਬੀ ਹੈ ਜਿਹੜੀ ਪੂਰੀ ਜ਼ਿੰਦਗੀ 'ਚ ਹੁਸੈਨ ਨਾਲ ਦੋ ਮੰਜ਼ਿਲ 'ਤੇ ਬੋਲੀਏ ਇੱਕ ਜਿਹੜੇ ਵੇਲੇ ਹੁਸੈਨ ਘਰੋਂ ਤਿਆਰੀ ਕੀਤੀ ਹੈ ਹੁਸੈਨ ਫਰਿਸ਼ਤੇ 'ਚ ਨਾਂ ਨਹੀਂ ਲਿਖਵਾਇਆ ਉਸ ਵੇਲੇ ਆਦੀਏ ਹੁਸੈਨ ਕਿਆ ਮੈਨੂੰ ਬੇਗਾਨੀ ਸਮਝੇ ਆਈ ਅਗਰ ਤੇਰੇ ਮਾਮਲਾ ਜਾ ਕੋਈ ਨਹੀਂ ਮੈਨੂੰ ਇਜਾਜ਼ਤ ਦੇ ਕਰਬਲਾ ਤਾਈ ਅਸਾਂ ਦੋਵੇਂ ਮਾਂ ਅਤੇ ਪੋਤਰ ਪੈਦਲ ਲੱਗੇ ਵੈਸੂ ਦੂਈ ਦਫ਼ਾ ਉਹ ਵੇਲੇ ਬੋਲੀਏ ਜਿਹੜੇ ਵੇਲੇ ਕਾਸਿਮ ਨੂੰ ਹੁਸੈਨ ਇਜਾਜ਼ਤ ਨਹੀਂ ਦਿੱਤੀ ਨਾ ਆਵਾਜ਼ ਆਈਏ ਹੁਸੈਨ ਮੇਰੇ ਪੁੱਤਰ ਨੂੰ ਇਜਾਜ਼ਤ ਕਿਉਂ ਨਹੀਂ ਮੈਂ ਦਿੰਦਾ ਆਵਾਜ਼ ਆਈ ਅੰਮਾ ਫਰਜਾਈ ਇਹ ਮੇਰੇ ਮੋਹ ਫਿਰਾ ਦੀ ਨਿਸ਼ਾਨੀ ਜਿਲੇ ਮੈਂ ਇਹਨੂੰ ਵਹਿੰਦਾ ਮੈਨੂੰ ਹਸਨ ਫਿਰਾ ਯਾਦ ਆਵੈਂਦਾ ਹੈ ਹਸਨ ਫਿਰਾ ਦੀਆਂ ਜੰਗਾਂ ਯਾਦ ਆਉਂਦੀਆਂ ਨੇ ਜਿਲੇ ਨੌ ਵਾਰੀ ਇਜਾਜ਼ਤ ਮੰਗੀਏਸ ਤਾਂ ਹੁਸੈਨ ਨਹੀਂ ਦਿੱਤੀ ਜਾਂ ਪੁੱਤਰ ਦੇ ਬਾਜ਼ੂ ਨਾਲ ਯੋਗ ਤਵੀਜ਼ ਖੋਲੈਸ ਪੁੱਤਰ ਦਮ ਨਾਲ ਤਵੀਜ਼ ਖੋਲੈਸ ਉਹ ਖਤ ਨਾ ਹੀ ਬਾਬਾ
ਉਹ ਤਵੀਜ਼ ਨਾ ਆਈ, ਵੱਡੇ ਭਰਾ ਦਾ ਛੋਟੇ ਭਰਾ ਦਾ ਖਤ ਆਈ। ਹੁਸੈਨ ਖਤ ਖੋਲਾ ਹੈ, ਪਹਿਲੀ ਪਹਿਲੀ ਸੱਤਰ ਤਾਂ ਨਿਗਾਹ ਪਈ ਹੈ, ਹੁਸੈਨ ਤੂੰ ਕੁਰਸੀ ਛੁੱਟ ਗਈ ਹੈ। ਸਤਰਾਂ ਹੀ ਪੜਦਾ ਆਇਆ ਹੈ, ਜ਼ਮੀਨ 'ਤੇ ਬੰਦ ਆਇਆ ਹੈ, ਜੰਨਤੁਲ ਬਕੀਆ ਵਾਲੇ ਪਾਸੇ ਮੂੰਹ ਕਰਕੇ ਆਦਾ, ਲਿਖੇ ਜਿਵੇਂ ਨਹੀਂ ਪਵੈਂਦਾ ਪੀਆਂ। ਕੀ ਲਿਖਿਓ ਆਈ ਹੁਸੈਨ, ਭਾਵੇਂ ਜੂੰ ਕਰਬਲਾ ਦੇ ਮੈਦਾਨ 'ਚ ਮੇਰੇ ਪੁੱਤਰ ਨੂੰ ਲਾਜ਼ੇ ਦਾ ਮੰਡਰਾ ਬਣਾਵੇਂ, ਮੇਰੇ ਪੁੱਤਰ ਦੀ ਸ਼ਾਦੀ ਕਰੇ, ਮੇਰੇ ਪੁੱਤਰ ਨੂੰ ਸਿਹਰੇ ਹੀ ਪਾਵੇਂ, ਮੇਰੇ ਪੁੱਤਰ ਦੇ ਸੱਗਣ ਹੀ ਕਰੇ। ਆਵਾਜ਼ ਆਈ ਅੰਮਾ ਤੂੰ ਟੁਰ ਵੰਜ, ਵੰਜ ਤੇ ਬੀਬੀਆਂ ਦੇ ਖੈਮੇ 'ਚ ਐਲਾਨ ਕਰ ਕਿ ਹਸਨ ਦਾ ਯਤੀਮ ਸਿਹਰੇ ਪਿਆ ਪੈਂਦਾ ਹੈ। ਇਹ ਬੀਬੀ ਖੈਮੇ 'ਚ ਆਈਏ, ਬੀਬੀ ਸੋਚਿਆ ਚਾਹਲੀ ਦਰਵਾਜ਼ਾ ਹੈ, ਚਾਹਲੀ ਦਰਵਾਜ਼ੇ 'ਤੇ ਵੰਜਾਂ ਤਾਂ ਰਾਤ ਢਲ ਵੈਸੀ। ਬੀਬੀ ਹੱਕਲ ਮਾਰੀਏ, ਐਲ ਬੈਦ ਦੇ ਪਰਦਾਦਾਰ, ਹਸਨ ਦਾ ਯਤੀਮ ਸਿਹਰੇ ਪਿਆ ਪੈਂਦਾ ਹੈ। ਹੁਣ ਤੁਹਾਡੇ ਉੱਤੇ ਸਵਾਲ ਕਰੇ ਨਾ, ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ ਹੋ, ਕਹਿੰਦੇ ਮਾਮੇ ਦੇ ਪੁੱਤਰ ਦੀ ਸ਼ਾਦੀ ਹੋਵੇ, ਕਹਿੰਦੇ ਚਾਚੇ ਦੇ ਪੁੱਤਰ ਦੀ ਸ਼ਾਦੀ ਹੋਵੇ। ਜਿਹੜੇ ਵੇਲੇ ਮਜ਼ਦੂਰਾਂ ਘਰੋਂ ਟੁਰਦੀਆਂ ਬਾਬਾ, ਵੇਲਾਂ ਚਾਹ 'ਤੇ ਟੁਰਦੀਆਂ, ਕਰਬਲਾ ਦੇ ਮੈਦਾਨ 'ਚ ਜਿਹੜੇ ਵੇਲੇ ਅਲੀ ਦੀਆਂ ਧੀਆਂ ਅਤੇ ਨੌਵਾਂ ਟੁਰੀਆਂ ਹੱਕਾਂ ਸੁਣ ਕੇ, ਬੀਬੀਆਂ ਕਿਹੜੀ ਸ਼ਾਇਦ ਚਾਹੀਏ, ਕਹੇ ਪੀਂਗੇ ਚੁਚਾਇਆ ਹੈ, ਕਹੇ ਅੰਗਲ ਨਾਰ ਲਾਇਆ ਹੈ। ਇੱਕ ਬੀਬੀ ਹੈ ਜਿਹੜੀ ਕੂਫੇ ਵਾਲੇ ਪਾਸੇ ਮੂੰਹ ਕੀਤੀ ਖਲੀਏ ਅਤੇ ਰੋ ਰੋ ਕੇ ਆਦੀ ਖਲੀਏ, ਬਚੜੇ ਵਾਲਾ ਵਾਹ ਮਾਮੇ ਦਾ ਪੁੱਤਰ ਸਿਹਰੇ ਪਿਆ ਪੈਂਦਾ ਇਹਨੇ, ਵਾਲਾ ਵਾਹ ਹਸਨ ਦਾ ਯਤੀਮ ਕੋ ਮਹਿੰਦੀ ਪਈ ਲੱਗਦੀ ਹੈ, ਵਾਹ ਭਾਈ ਵਾਹ। ਮੈਂ ਬੜਾ ਹੀ ਮੁਤਮੈਨ ਜੀ ਜ਼ਾਕਿਰ ਹਾਂ, ਜਿਹੜੇ ਰੰਗ 'ਚ ਪੜ੍ਹਾਂ ਮੈਂ ਪੜ੍ਹ ਸਕਦਾ, ਹਾਂ ਤੁਹਾਡੇ ਨਸੀਬ ਦੀ ਬਾਤ ਹੈ, ਤੁਹਾਡੇ ਰੁਆਵਣ ਵਾਸਤੇ ਨਹੀਂ, ਆਪਣੀ ਇਬਾਦਤ ਦੇ ਇਜ਼ਾਫੇ ਵਾਸਤੇ। ਬੀਬੀ ਹੱਕਲ ਮਾਰੀਏ, ਹੁਸੈਨ ਉੱਥਾਂ ਆਇਆ ਜਿੱਥਾਂ ਆਦੀ ਭਾਈਵਾਲ ਭੈਣ ਬੈਠੀ ਆਈ। ਇਹ ਬੀਬੀ ਦੀ ਰੀਤ ਪਈ ਹੈ, ਹੁਸੈਨ ਮੁੜ ਕੇ ਰੁਆਇਆ, ਆਵਾਜ਼ ਆਈ ਅੰਮਾ ਦੀ ਜਾਈ, ਹਸਨ ਭਰਾ ਦਾ ਖਤ ਆਇਆ, ਭਾਵੇਂ ਜੂ ਲਹਜ਼ੇ ਦਾ ਮੰਡਰਾ ਬਣਾਵੇਂ, ਮੇਰੇ ਪੁੱਤਰ ਦੀ ਸ਼ਾਦੀ ਕਰੇ, ਮੇਰੇ ਪੁੱਤਰ ਨੂੰ ਸਿਹਰੇ ਪਾਵੇਂ। ਫਰਮਾਇਆ ਕਿਉਂ ਪਰੇਸ਼ਾਨ ਹੈ, ਫਰਮਾਇਆ ਕਰਬਲਾ 'ਚ ਪਰੇਸ਼ਾਨ ਨਾ ਹੋ, ਮੈਂ ਤੇਰੀ ਧੀ ਦਾ ਲਾਵਾਂ ਲਾ ਜੋੜੇ ਚਾਈ ਵਧੀਆਂ, ਤੇਰੇ ਭਤਰੀਜੇ ਦੀ ਮਹਿੰਦੀ ਚਾਈ ਵਧੀਆਂ, ਪਰੇਸ਼ਾਨ ਨਾ ਹੋ, ਮੈਂ ਹਰ ਸ਼ੈ ਲਈ ਵਧੀਆਂ। ਵਾਹ ਭਾਈ ਵਾਹ, ਪਾਣੀ ਤਾਂ ਇਹੋ ਆਈ ਜਿਹੜਾ ਸੱਤਵੀਂ ਦਾ ਇੰਨਾ ਜ਼ਾਲਮਾ ਬੰਦ ਕਰ ਲਿਆ। ਬੀਬੀ ਮਹਿੰਦੀ ਥਾਲੀ 'ਚ ਪਾਈਏ, ਵੱਖਰੇ ਹੁਜਰੇ 'ਚ ਵੰਜ ਬੈਠੀਏ, ਬੀਬੀ ਅੱਖੀ ਦੀ ਮਿਹਨਤ ਕੀਤੀ ਹੈ। ਬੀਬੀ ਆਦੀ ਹੈ ਨਾ ਰੂਆ ਹੈ ਕੱਲ੍ਹ ਅਕਬਰ ਔਰ ਅੱਬਾਸ ਦੀ ਲਾਸ਼ 'ਤੇ, ਇਤਨੇ ਕੁ ਵਸ ਪਾਓ ਮੈਂ ਆਪਣੇ ਯਤੀਮ ਭਤਰੀਜੇ ਦੀ ਮਹਿੰਦੀ ਲੋ ਲਵਾਂ, ਇਤਨੇ ਕੁ ਵਸ ਪਾਓ ਮੈਂ ਆਪਣੇ ਭਤਰੀਜੇ ਦੇ ਸਗਨ ਪੂਰੇ। ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭਾਈ ਵਾਹ। ਬਿਸਮਿਲ੍ਲਾ ਕਰਾਂ, ਜਿਹੜਾ ਵਹਿਣ ਵਾਸਤੇ ਮਿਹਨਤ ਕਰਾਇਆ, ਅਲੀ ਦੀਆਂ ਧੀਆਂ ਅਤੇ ਨੌਵਾਂ ਬਾਬਾ ਜੀ ਤਿਆਰੀ ਸ਼ੁਰੂ ਕੀਤੀ ਹੈ। ਜੇ ਜਨਾਬੇ ਫਰਵਾ ਸੈਣ ਇੱਕ ਵਹਿਣ ਸ਼ੁਰੂ ਕੀਤਾ, ਬਾਬਾ ਆਖੋ ਤਾਂ ਬਜ਼ੁਰਗ ਪੜ ਗਏ, ਉੱਚੀ ਰੁਨੀਏ ਉੱਚਾ ਵਹਿਣ ਕਰਕੇ ਆਦੀਏ, ਮੈਂ ਕੁਹਾਈ ਵੋ ਉਮੀਦ ਪਿਓ ਕਾਸਿਮ ਦਾ, ਤੇ ਜਦ ਪੁੱਤਰ ਨੂੰ ਜ਼ੇਰ ਪੈਸਾ ਉਹ ਵੱਲ ਹਸਨ ਦੇ ਘਰੋਂ ਜਾਂ ਚੜ੍ਹੇ ਸੀ ਤੇ ਹੁਸੈਨ ਦੇ ਘਰ ਬਿਸਮਿਲ ਉਮੀਦ ਪਿਓ ਕਾਸਿਮ ਦਾ, ਤੇ ਜਦਾਂ ਪੁੱਤਰ ਗੁਸੇਰੇ ਪੈਸਾ ਉਹ ਵਾਲੇ ਹਸਨ ਦੇ ਗਰੂ ਜਾਂਜ ਚੜੇ ਸੀ ਤੇ ਹੁਸੈਨ ਦੇ ਘਰ ਗਾਰ ਖੇਲੋ ਹੈ। ਜਿੰਦੋ ਕਿਆਲੇ ਉਹ ਹੋ ਗਿਆ ਬੰਦਰਾ ਤਿਆਰ, ਸਗਨ ਪੂਰੇ ਹੋ ਗਏ, ਬੀਬੀਆਂ ਸਗਨ ਕੀਤੇ, ਕਈਆਂ ਦੀ ਬਰਬਾਦ ਮਦੀਨਾ, ਕਈਆਂ ਦੀ ਸੁਣ ਮਦੀਨਾ, ਕਈਆਂ ਦੀ ਕਾਸਿਮ ਲਾਲ ਅਰਮਾਨੇ, ਅੱਜ ਤੇਰਾ ਬਾਬਾ ਹੀ ਹੋਵੇ ਆ। ਸਦਕੇ ਸਦਕੇ ਨਾ ਮੁਹਰਮ ਦਾ ਨੀ ਚੜਾਏ, ਕਾਸਿਮ ਆ ਕੇ ਚਾਚੇ ਦੇ ਕਦਮਾਂ 'ਤੇ ਹੱਥ ਰੱਖੇ, ਚਾਚਾ ਹੁਣ ਮਾਂ ਦੀ ਇਜਾਜ਼ਤ
ਆਵਾਜ਼ ਆਏ ਕਾਜ਼ਮ ਲਾਲ 13 ਸਾਲ ਬਾਅਦ ਮੌਤ ਦੀ ਇਜਾਜ਼ਤ ਕਿਵੇਂ ਮੰਗਣ ਆਵਾਜ਼ ਆਈਏ ਤੂੰ ਮੇਰੇ ਮੋਏ ਫਿਰਾ ਦੀ ਨਿਸ਼ਾਨੀ ਹੈ ਜਿਹੜੇ ਵੇਲੇ ਤੈਨੂੰ ਵੇਲਾ ਮੈਨੂੰ ਫਿਰਾਇਆ ਅਲਹਮਦੁਲਿਲਾ ਇੱਕ ਮੰਜ਼ਲ ਵਧਾਓ ਯਾਰ ਇਹ ਜ਼ਾਤੀ ਕੋਈ ਜ਼ਾਕਿਰ ਦੀਆਂ ਮੁਹਤਾਜ ਤੇ ਨਹੀਂ 13 ਸਾਲ ਦੇ ਜਵਾਨ ਨੂੰ ਹੁਸੈਨ ਆਪ ਜ਼ੀਨ ਤੇ ਸਵਾਰ ਕੀਤਾ ਹੈ ਕਾਸਿਮ ਦਾ ਘੋੜੇ ਨੇ ਤੁਰਦਾ ਵਧਾ ਜਨਾਜ਼ਾ ਵਧਾ ਟੁਰਦਾ ਹੈ ਹੋਏ ਸੀ ਇਲਾਕੇ ਵਾਲਿਓ ਐਡੀ ਵੱਡੀ ਜੰਗ ਕੀਤੀ ਹੈ ਕਰਬਲਾ ਦੇ ਮੈਦਾਨ ਵਿੱਚ ਕਾਸਿਮ ਕਮੀਨੇ ਦੇ ਫੌਜੀ ਨੂੰ ਖਾਇਲਾ ਦੀਆਂ ਕੱਥਾਂ ਨਾਲ ਵੰਡ ਲੱਗੇ ਸਯਾਦਾ ਦਾ ਘੜ ਕੇ ਲੜੋ ਮੈਂ ਬੱਚਾ ਨਹੀਂ ਮੈਂ ਆਪਣੇ ਦੌਰ ਦਾ ਅਲੀ ਜਾਈਏ ਘੜ ਕੇ ਲੜੋ ਮੇਰੇ ਵਿੱਚ ਹਸਨ ਦਾ ਖੂਨ ਹੈ ਅਲਹਮਦੁਲਿਲਾ ਅਰਦਾ ਸ਼ਾਮੀ ਦੇ 6 ਬੱਚੜੇ ਮਾਰੇ ਜਿਹੜੇ ਵੇਲੇ ਨੇ 6 ਬੱਚੜੇ ਮਰ ਗਏ ਇਹਦੇ ਸੀਨੇ 'ਚ ਭਾਅ ਫੜਕੀਏ ਕਾਸੇ ਬੱਚੇ ਹੋ ਤੇ ਮੇਰੇ 6 ਪੁੱਤਰ ਮਾਰੇ ਨੇ ਇਸ ਗੁਰ ਵਿੱਚ ਆਇਆ ਅੱਬਾਸ ਤੂੰ ਕੁਰਸੀ ਛੁੱਟ ਗਈ ਹੁਸੈਨ ਫਰਮਾਇੰਦਾ ਕਿਆ ਹੋਇਆ ਆਵਾਜ਼ ਆਈਏ ਸਰਦਾਰ ਇਹ ਉਹ ਜ਼ਾਲਿਮੇ ਇਹਦੇ ਮੁਕਾਬਲੇ 'ਚ ਆ ਮੈਂ ਹੋਵਾ ਯਾ ਮੇਰਾ ਬਾਬਾ ਹੋਇਆ ਯਾ ਤੂੰ ਹੋਇਆ ਆਵਾਜ਼ ਆਈਏ ਗੁਰਦ ਸੱਟਿਆ ਝੁਕ ਤੇ ਚੈਂਦਾ ਪੀਆ ਆਵਾਜ਼ ਆਈਏ ਕਾਸਿਮ ਨੂੰ ਆ ਕੀ ਥਾਈ ਵਾਰ ਕਰੇ ਯਾ ਕਾਸਿਮ ਵਾਰ ਕੀਤਾ ਈ ਜ਼ਾਲਿਮ ਦਾ ਸਰ ਤਨ ਤੁਜਦਾ ਹੋਇਆ ਪਾਸੇ ਨਾਲ ਵੈਣਾ ਆ ਕਾਸਿਮ ਸੋਹਣੀਆਂ ਜੰਗਾਂ ਵਧਾ ਕਰੇ ਲੈ ਆਵਾਜ਼ ਆਈਏ ਪਿਓਰਾ ਦੀਏ ਯੋ ਮੇਰਾ ਬਜੜਾ ਡਾਡੇ ਅਲੀ ਵਾਲੇ ਹਮਲੇ ਵਧਾ ਅਲਹਮਦੁਲਿਲਾ ਸੋਹਣੀ ਜੰਗ ਵਧਾ ਕਰੇ ਨਾਈ ਕਿਵੇਂ ਲੈ ਸੱਜੇ ਵਾਗਾ ਮੋੜਿਆ ਕਹਿੰਦੇ ਖੱਬੇ ਮੋੜਿਆ ਕਹਿ ਕਹਿੰਦੇ ਮਦੀਨੇ ਵਾਲੇ ਪਾਸੇ ਮੂੰਹ ਕਰਕੇ ਆਖਿਆ ਬਾਬਾ ਵੋ ਤਾਂ ਸਿਖਾ ਗਈ ਵਾਲਾਏ ਹਰਮਾਲੇ ਇੱਕ ਘੁੱਟ ਪਾਣੀ ਦਾ ਹੋਵੇ ਆ ਅਲਹਮਦੁਲਿਲਾ ਅਕਸਰ ਮੈਂ ਦੇਖਦਾ ਬੰਦੇ ਨਹੀਂ ਰੋਂਦੇ ਜ਼ਾਕਿਰ ਜਿਹੜਾ ਵੱਡਾ ਮਸਾਇ ਪੀਆ ਪੜਦਾ ਹੋਵੇ ਜ਼ਾਕਿਰ ਦੇ ਤੁਰ ਤੁਰ ਮੂੰਹ ਦੋਡੇ ਦੇ ਰਾਏ ਵੈਂਦੇ ਨੇ ਮੁੜ ਮੇਰੇ ਜ਼ਹਿਨ 'ਚ ਖਿਆਲ ਆਉਂਦਾ ਹੈ ਮੁਰੀਦਾਬਾਦ ਇਹ ਕਿਵੇਂ ਰੋਵੇ ਨੀ ਨਾਂਦੀਆਂ ਰੁਲੀਆਂ ਜੂ ਗੋਈ ਲਈ ਰੁਲ ਗਈਆਂ ਅਲੀ ਦੀਆਂ ਧੀਆਂ ਕਦੀ ਉਸ ਬਾਜ਼ਾਰ ਕਦੀ ਉਸ ਗਲੀ ਕਦੀ ਉਸ ਮੋੜ ਹਰ ਮੋੜ ਤੇ ਆਦੀ ਆਈ ਹਯਾ ਕਰੋ ਮੈਂ ਤੁਹਾਡੇ ਨਬੀ ਦੀ ਧੀ ਆਦੀ ਆਈ ਮੈਂ ਉਸ ਮੈਦੀ ਧੀਆ ਜਾਂਦਾ ਜਨਾ ਦਾ ਧਰਾ ਅਲਹਮਦੁਲਿਲਾ ਸੋਹਣੀ ਜੰਗ ਵਧਾ ਕਰੇ ਨਾਈ ਮੈਂ ਬਜ਼ੁਰਗਾਂ ਦੇ ਰੰਗ 'ਚ ਕਵੈਂ ਨਹੀਂ ਕਰਨਾ ਹੈ ਜਿਹੜੇ 800-150 ਸਾਲ ਪੁਰਾਣੇ ਜ਼ਾਕਿਰ ਪੜ ਗਏ ਨੇ ਪੜ੍ਹਨ ਵਾਲੇ ਵੀ ਟੁਰ ਗਏ ਸੁਣਨ ਵਾਲੇ ਵੀ ਟੁਰ ਗਏ ਇੱਕ ਲਾਲੇ ਮਾ ਦੇ ਕਾਜ਼ੇ ਮਾ ਤੂੰ ਜੰਗ ਵਧਾ ਕਰੇ ਨਾਏ ਪਿੱਛਾ ਦੇਖ ਤੇਰੀਆਂ ਫੁੱਫੀਆਂ ਦੇ ਖੈਮਿਆਂ ਨੂੰ ਭਾ ਲੱਗ ਗਈ ਹੈ ਕਾਸਿਮ ਪਿੱਛਾ ਦਿੱਤਾ ਇਸ ਕਮੀ ਨੇ ਗੁਰਦ ਮਾਰਾ ਕਰ ਭਲਾ ਦੀ ਤੱਤੀ ਰੇਤ ਨੂੰ ਮਾ ਦੀ ਝੋਲੀ ਸਮੇਂ ਤੇ ਲਾਹੇ ਲਾਂਦੀ ਵਾਰੀ ਹੱਗਲ ਮਾਰੀਏ ਸਰਦਾਰ ਨੌਕਰ ਦਾ ਸਲਾਮ ਅਲਹਮਦੁਲਿਲਾ ਆਵਾਜ਼ ਆਈਏ ਕਾਸਿਮ ਉਬਾਲੀ ਤਿਆਰੀ ਨਾ ਕਰੇ ਮੈਂ ਗਰੀਬ ਨੂੰ ਆਵਣ ਦੇਵੇ ਕਾਸਿਮ ਦਾ ਲਾਣਾ ਆਈ ਇਨ੍ਹਾਂ ਮੁਸਲਮਾਨਾਂ ਕਾਸਿਮ ਨੂੰ 35 ਹਾਰ ਪਵਾਏ ਹੁਸੈਨ ਦੇ ਦਾਰੀ ਆਏ ਕਾਸਿਮ ਦੀ ਲਾਜ ਤੇ ਘੋੜੇ ਭਜਦੇ ਰਹੇ ਸਯਦਾ ਦਾ ਹਯਾ ਕਰੋ ਮੇਰੇ ਯਤਰੀਮ ਭਤੀਜੇ ਦੀ ਲਾਸ਼ ਪਵਾ
ਅਲਹਮਦੁਲਿਲਾ ਸਾਰੇ ਰੋਵੋ ਯਾਰ ਅੱਜ ਨਾ ਰੋਸੋ ਤਾਂ ਮੁੜ ਕਦਾਂ ਰੋਸੋ ਯਾਰ ਉਹ ਬੰਦਾ ਬੜਾ ਮੁਕਦਰਾ ਲੈ ਜਿਹੜਾ ਅੱਜ ਤਾਈਂ ਮੁਕਾਣ ਸ਼ਾਮਿਲ ਨਹੀਂ ਹੋ ਸਕਿਆ ਯੱਕਰ ਬਲਾ ਦੇ ਮੈਦਾਨ ਜਾਇਆ ਸੱਯਦ ਹੱਗਲ ਮਾਰੀਏ ਕਾਜ਼ਿਮ ਲਾਲ ਕਿਤ ਲੱਦਾ ਹੈ ਮੇਰੀ ਅੱਖੀ ਦੀ ਬਿਨਾਈ ਮੁੱਕ ਗਈ ਹੈ ਉਹ ਨਿਦੋ ਕਿਆ ਲਿਓ ਹੱਕਲ ਮਾਰੀਏ ਇੱਕ ਦੋ ਨਹੀਂ ਪੂਰੇ ਬੱਤਰੀ ਜਾ ਤੂੰ ਟੁਕੜੇ ਬੋਲਾਂਦੋ ਹਰ ਟੁਕੜੇ ਚੂ ਆਵਾਜ਼ ਆਈਏ ਚਾ ਚਾ ਮੈਂ ਅਲਹਮਦੁਲਿਲਾ ਹੁਸੈਨ ਚਾਦਰ ਵਿਛਾਈਏ ਤੂੰ ਰੋ ਤੇ ਭਾਵੇਂ ਨਾ ਰੋ ਮੈਂ ਵਹਿਣ ਵਾਸਤੇ ਮਿਹਨਤ ਕਰਾਇਆ ਬਦਰੂੰਗਾਂ ਦੇ ਰੰਗ 'ਚ ਵਹਿਣ ਕਰਨਾ ਜਾਣਾ ਹੁਸੈਨ ਚਾਦਰ ਵਿਛਾਈਏ ਇੱਕ ਟੁਕੜਾ ਚੈਂਦੇ ਚੁੰਮਦੇ ਨਾ ਕੀ ਨਾ ਲੈਂਦੇ ਨਾ ਦਿਨ ਚਾਚਾ ਮਾਰੋ ਨੀ ਉਹ ਖਲਾਦਾਰੀਆਂ ਪਿਆ ਟੁਕੜਾ ਚੈਂਦੇ ਚੁੰਮਦੇ ਚਾਚਾ ਮਾਰੋ ਨੀ ਉਹ ਖਲਾਦਾਰੀਆਂ ਯਾ ਪਾਸੇ ਨਾਲੋਂ ਵਹਿਣ ਆਇਆ ਹੁਸੈਨ ਹੱਥ ਗਾਣੇ ਆਲਾ ਮੇਰੇ ਗੋਲੇ ਆਵਾਜ਼ ਆਈਏ ਕੌਣ ਮੈਂ ਗਰੀਬ ਤੇ ਮਿੰਤਾ ਲਾਵਣ ਵਾਲਾ ਆਵਾਜ਼ ਆਈਏ ਮੈਨੂੰ ਸੁਣਿਆ ਮੈਂ ਤੇਰਾ ਹਸਨ ਫਿਰਾ ਆਵਾਜ਼ ਆਈਏ ਮੇਰੇ ਬੱਚੜੇ ਵਫਾ ਕੀਤੀ ਹੈ ਯਾ ਗੋਇਲਾ ਸਈਆ ਦਾਦਾ ਜਿਵੇਂ ਤੇਰੇ ਪੁੱਤਰ ਕੀਤੀ ਹੈ ਇਹ ਕਰ ਲਈ ਗਏ ਅਲਹਮਦੁਲਿਲਾ ਬੜੀ ਕਬੂਲ ਮਜਲਿਸ ਬੜੀ ਰੂਹਾਨੀਅਤ ਵਾਲੀ ਮਜਲਿਸ ਦੁਆ ਫਿਰਾਵਾਂ ਇੱਕ ਮੈਨੂੰ ਗੱਲ ਲਾਇਆ ਹਸਨ ਦੀ ਆਵਾਜ਼ ਆਈਏ ਹੁਸੈਨ ਤੇਰੇ ਅਕਬਰ ਦੇ ਵੱਡੇ ਅਰਮਾਨ ਕਿਬਲਾ ਮੁਨਵਰ ਜਾ ਜੀ ਹੁਸੈਨ ਦੀ ਆਵਾਜ਼ ਆਈਏ ਹਸਨ ਵੀਰ ਤੇਰੇ ਯਤੀਮ ਦੇ ਵੱਡੇ ਅਰਮਾਨ ਅਲਹਮਦੁਲਿਲਾ ਬਾਬਾ ਹੁਸੈਨ ਗੱਡੜੀ ਚਾਹੀਏ ਖਿਆਮ ਨੇ ਬਾਰੂਆ ਤੇ ਰੱਖੀਏ ਕਿਵੇਂ ਜੂ ਖਿਆਮ ਦੇ ਦਰ ਤੇ ਮਾਡੇ ਦੀ ਘੜੀ ਆਈ ਬੀਬੀ ਆਦੀ ਹੈ ਹੁਸੈਨ ਕਿਆ ਮੇਰੇ ਪੁੱਤਰ ਵਫਾ ਨਹੀਂ ਕੀਤੀ ਸਈਆ ਦਾਦਾ ਜਿਵੇਂ ਤੇਰੇ ਪੁੱਤਰ ਕੀਤੀ ਹੈ ਕਰਨੀ ਕਹਿ ਨਹੀਂ ਆਵਾਜ਼ ਆਈਏ ਮੁੜ ਮੇਰੇ ਪੁੱਤਰ ਦੀ ਲਾਸ਼ ਅੰਦਰ ਕਿਉਂ ਨਹੀਂ ਖੇਨਾਇਆ ਉਹਨੀ ਤੋਂ ਕਿਆ ਲਿਓ ਆਵਾਜ਼ ਆਈਏ ਅੰਮਾ ਭਰਜਾਈ ਤੂੰ ਬਰਦਾਸ਼ਤ ਨਹੀਂ ਕਰਨਾ ਆਵਾਜ਼ ਆਈਏ ਮੇਰੇ ਪੁੱਤਰ ਦੀ ਲਾਸ਼ ਅੰਦਰ ਖੇਲਾ ਮੈਂ ਬਰਦਾਸ਼ਤ ਕਰੇ ਸਾਂ ਹੁਸੈਨ ਗੱਡੜੀ ਰੱਖੀਏ ਬੀਬੀ ਗੱਡ ਖੋਲੀਏ ਬੀਬੀ ਨੂੰ ਖਸ਼ ਆਇਆ ਬੀਬੀਆਂ ਤਲੀਆਂ ਮਲੀਆਂ ਮੁੜ ਉੱਠੀਏ ਨਾ ਸਿਰਾਂ ਦੀ ਆਈ ਲਾਸ਼ ਦੀ ਨਾ ਪਵਾਂ ਦੀ ਆਈ ਆਵਾਜ਼ ਆਈਏ ਅੰਮਾ ਤੇਰਾ ਜੂ ਜਵਾਨ ਪੁੱਤਰ ਮੋਇਆ ਕੋਈ ਪੁੱਤਰ ਦੀ ਲਾਸ਼ ਤੇ ਵਹਿਣ ਕਰਿਆ ਉੱਚੀ ਰੁਨੀਏ ਰੋਕਿਆ ਦੀਏ ਬੈਠੀ ਬਰਜ ਗੁਲੈਨੀਆਂ ਚਿਹਰੇ ਦੇ ਮੂੰਹ ਪੁੱਤਰ ਦਾ ਚੁਮੈ ਦੀ ਹਾਮਿਆ ਬੀਬੀ ਆਦੇ ਮੈਕੂ ਨਹੀਂ ਲੱਭਦੇ ਰੁਖਸਾਰ ਕਾਸਿਮ ਦੇ ਮੈਂ ਠਹਿਰ ਹਾਏ ਕਾਸਿਮ ਹਾਏ ਤਰੀ ਅਦੀਬੀ ਤੂੰ ਸਦਕੇ ਬੀਆ ਹੱਥੂ ਅੱਗੂ ਲੈਨੀਆ ਵਗਾਨੇ ਵਾਲਾ ਜਿਹੜਾ ਜ਼ੁਲਮ ਕਮਾ ਗਏ ਸ਼ਾਮਿਆ ਆਵਾਜ਼ ਆਈਏ ਵਾਨਿਆ ਕੋ ਫਾਤਮਾ ਕੁਬਰਾ ਕੂੰ ਹੋਵੇ ਵਾਰਸ ਨਾ ਹਾਏ ਮਾਜੂ ਆਈ ਪੁੱਤਰ ਦੀ ਲਾਸ਼ ਤੇ ਜਣੀਏ ਜਿਹੜੇ ਹਲਕੇ ਦੇ ਮਾਤਮੀ ਹੋ ਜਿਹਦਾ ਹੱਥ ਮਾਤਾਂ ਵਾਸਤੇ ਬਣਿਆ ਸਰ ਤੇ ਜ਼ਰੂਰ ਆਵੇ ਮਾਂ ਪੁੱਤਰ ਦੀ ਲਾਸ਼ ਤੇ ਜਣੀਏ ਉੱਚਾ ਵਹਿਣ ਕਰਕੇ ਆ ਦੀਏ ਉੱਠੀ ਜਾਗ ਵੇ ਕਾਸਮੇ ਲਾਡੇ ਲਿਆ ਮਾਤਾ ਵੇ ਹੁਸੈਨ ਲਾਡੇ ਲਿਆ ਉੱਠੀ ਜਾਗ ਵੇ ਕਾਸਮੇ ਲਾਡੇ ਹਾਂ ਉੱਠੀ ਜਾਗ ਵੇ ਮੈਂ ਲਾਡੇ ਲਿਆ ਤੇਰੀ ਅਮੜੀ ਲਾਸ਼ ਤੇ ਉੱਠੀ ਜਾਗ ਵੇ ਕਾਸੇ ਮੈਂ ਲਾਡੇ ਲਿਆ ਤੇਰੀ ਅਮੜੀ ਲਾਸ਼ ਤੇ ਆ ਗਈ ਹੈ ਮੇਰੀ ਮਿਹਨਤ ਤੇਰਾ ਸਾਲਾ ਸਾਲਾ ਦੀ ਅੱਗੇ ਲੱਖ ਤੇ ਜ਼ਮੀਨ ਤੇ ਆ ਗਈ ਆਵਾਜ਼ ਆਈਏ ਹੁਸੈਨ
तू कन कर आवाज आई मेरा जो जवान भतरीजा मोया मैं न रोवा कौन रोए सदके सदके आवाज आई है मजबूरी है उच्ची रुनी है आवाज आई है मजबूरी है हुसैन दी आवाज आई है मैं तू वड़ी मजबूरी केड़ी मुंह ते मातम करके आ दिए ओ लाशुद चांदी हे भावे ते तू परशारे मादी माता वे हुसैन चांदी हे भावे ते तू परशारे है तो लाश तो हटवानी है के पास है तो लाश तो हटवानी है के पास से ओ कुबेरा लाश दे आए बाबा जी हुन ओ बीबी आई है जड़ी हिके लालच परनी है ते हिके लालच उजड़ गई है लाश ते आ झणी है मैं कहले सिरा दी होवेंदी है कहले पवा दी होवेंदी है मुंह ते मातम करके आ दिए नहीं समझ आ कह गल दी दस केड़े पासे मैं नहीं समझ आंदी मैं को आए पासे जा मैं तेरी लाश ते खाला वाला पेड़े या घुट कर मावा मैं मेरा पेका सावेरा कोई लेरिया में बनरी जी आई तो संबड़े हाउस ले आले हो यार सारी अज्ञान टाइम में बंदे वे दापियां जाने याख दबुदु नहीं हो यार बनरी बारिश दी लाज दे झनी है उच्चा वेन कर के आ दिए मैं ता आई अवसरे वाला है वाला मैं ता आई मामा ते भैना दे हिस्सा दे वेन करना चाले मैं ता आई अवसे मेरा कासिम इमामत वाला है मेरा का ला कोई डसे अरंडे पे द चाला आए या घोंडे करके शर्मा मैं या शाम दिखाए देने होवा रुनिए वारे दी लाश ते जनिए ते रोके आ दिए सेरे नाल सोता बन रायल दा क्यों ले है सेरे आ या हुसैन माता में हुसैन दा क्यों ले